ਪਿਆਰੇ ਵਿਦਿਆਰਥੀਓ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਦੀ ਕਲਾਸ ਦੇ ਵਿੱਚ ਅਸੀਂ ਜਿਹੜਾ ਅੱਜ ਅਸੀਂ ਪੜ੍ਹਾਂਗੇ ਸਾਡੀ ਨੌਵੀਂ ਜਮਾਤ ਦੇ ਜਿਹੜਾ ਪੰਜਾਬੀ ਦੇ ਵਿਸ਼ੇ ਦੇ ਵਿੱਚ ਜਿਹੜਾ ਪਾਠ ਨੰਬਰ ਅਸੀਂ ਪੜ੍ਹਾਂਗੇ ਤਿੰਨ ਸਾਡੀ ਵਿਆਕਰਨ ਪੰਜਾਬੀ ਪਾਠ ਪੁਸਤਕ ਪੰਜਾਬੀ ਵਿਆਕਰਨ ਅਤੇ ਲੇਖਣ ਕਲਾ ਵਾਲੀ ਜਿਹੜੀ ਪਾਠ ਪੁਸਤਕ ਹੈ ਉਸਦੇ ਵਿੱਚੋਂ ਪਾਠ ਨੰਬਰ ਤਿੰਨ ਦੇ ਬਾਰੇ ਜਾਣਕਾਰੀ ਆਪਾਂ ਹਾਸਲ ਕਰਾਂਗੇ। ਪਾਠ ਦਾ ਨਾਂ ਹੈ ਵਰਨ ਬੋਧ। ਠੀਕ ਹੈ, ਵਰਨ ਬੋਧ ਤੋਂ ਪਹਿਲਾਂ ਲੈਸਨ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਇੱਕ ਗੱਲ ਕਰਾਂਗੇ ਕਿ ਦੂਸਰਾ ਲੈਸਨ ਸਾਡਾ ਕਿਹੜਾ ਸੀ। ਦੂਸਰਾ ਲੈਸਨ ਸੀ ਵਿਆਕਰਨ। ਵਿਆਕਰਨ ਕੀ ਹੈ? ਆਪਾਂ ਅੱਠਵੀਂ ਦੇ ਵਿੱਚ ਵੀ ਪੜ੍ਹਿਆ ਸੀ, ਅੱਠਵੀਂ ਜਮਾਤ ਦੇ ਵਿੱਚ ਵੀ ਪੜ੍ਹ ਚੁੱਕੇ ਹਾਂ ਕਿ ਵਿਆਕਰਨ ਦੇ ਜਿਹੜੇ ਚਾਰ ਅੰਗ ਹੁੰਦੇ ਹਨ। ਵਿਆਕਰਨ ਦੇ ਕਿੰਨੇ ਅੰਗ ਨੇ? ਚਾਰ ਅੰਗ ਹੁੰਦੇ ਹਨ। ਵਿਆਕਰਨ ਦੇ ਚਾਰ ਅੰਗ ਹਨ। ਵਿਆਕਰਨ ਦੇ ਚਾਰ ਅੰਗ ਹਨ ਕਿਹੜੇ ਕਿਹੜੇ? ਸਭ ਤੋਂ ਪਹਿਲਾ ਅੰਗ ਹੈ ਅੱਖਰ ਜਾਂ ਵਰਨ ਬੋਧ। ਅੱਖਰ ਜਾਂ ਵਰਨ ਬੋਧ। ਦੂਜਾ ਅੰਗ ਸੀ ਇਸਦਾ ਸ਼ਬਦ ਬੋਧ। ਦੂਜਾ ਅੰਗ ਹੈ ਸ਼ਬਦ ਬੋਧ। ਤੀਸਰਾ ਜਿਹੜਾ ਅੰਗ ਹੈ ਉਹ ਹੈ ਵਾਕ ਬੋਧ। ਵਾਕ ਬੋਧ। ਚੌਥਾ ਜਿਹੜਾ ਅੰਗ ਹੈ ਉਹ ਹੈ ਅਰਥ ਬੋਧ। ਇਸ ਤਰ੍ਹਾਂ ਅਸੀਂ ਅੱਠਵੀਂ ਕਲਾਸ ਦੇ ਵਿੱਚ ਪੜ੍ਹ ਚੁੱਕੇ ਹਾਂ ਕਿ ਜਮਾਤ ਦੇ ਵਿੱਚ ਕਿ ਵਿਆਕਰਨ ਦੇ ਜਿਹੜੇ ਚਾਰ ਅੰਗ ਹੁੰਦੇ ਹਨ ਅੱਖਰ ਬੋਧ ਜਾਂ ਵਰਨ ਬੋਧ, ਸ਼ਬਦ ਬੋਧ, ਵਾਕ ਬੋਧ ਅਤੇ ਅਰਥ ਬੋਧ। ਅੱਜ ਅਸੀਂ ਕੀ ਕਰਨਾ, ਸਾਡੀ ਜਿਹੜੀ ਅੱਜ ਦੀ ਕਲਾਸ ਹੈ ਉਹਦੇ ਵਿੱਚ ਅਸੀਂ ਜਾਣਾਂਗੇ ਵਿਆਕਰਨ ਦੇ ਪਹਿਲੇ ਅੰਗ ਬਾਰੇ ਕਿ ਵਰਨ ਬੋਧ, ਵਰਨ ਬੋਧ ਤੋਂ ਕੀ ਭਾਵ ਹੈ। ਸਭ ਤੋਂ ਪਹਿਲਾਂ ਆਪਾਂ ਜਾਣਦੇ ਹਾਂ ਕਿ ਵਰਨ ਬੋਧ ਸ਼ਬਦ ਦਾ ਕੀ ਅਰਥ ਹੈ। ਵਰਨ ਸ਼ਬਦ ਦਾ ਮੀਨਿੰਗ ਹੈ, ਵਰਨ ਸ਼ਬਦ ਦਾ ਮੀਨਿੰਗ ਹੈ ਅੱਖਰ। ਵਰਨ ਸ਼ਬਦ ਦਾ ਮੀਨਿੰਗ ਹੈ ਅੱਖਰ ਅਤੇ ਬੋਧ ਸ਼ਬਦ ਦਾ ਅਰਥ ਹੈ ਗਿਆਨ। ਠੀਕ ਹੈ, ਅੱਜ ਦੀ ਜਿਸ ਸਾਡੀ ਕਲਾਸ ਹੈ ਉਸਦੇ ਵਿੱਚ ਅਸੀਂ ਜਾਣਾਂਗੇ ਅੱਖਰਾਂ ਦੇ ਗਿਆਨ ਬਾਰੇ। ਅੱਖਰਾਂ ਦੇ ਗਿਆਨ ਬਾਰੇ ਵਰਨ ਬੋਧ ਭਾਵ ਹੈ ਅੱਖਰਾਂ ਦੇ ਗਿਆਨ ਬਾਰੇ ਅਸੀਂ ਪੜ੍ਹਾਂਗੇ। ਅੱਖਰਾਂ ਦਾ ਗਿਆਨ, ਅੱਖਰਾਂ ਦਾ ਗਿਆਨ ਕਿ ਪੰਜਾਬੀ ਭਾਸ਼ਾ ਦੇ ਵਿੱਚ ਕਿੰਨੇ ਅੱਖਰ ਨੇ, ਕਿਹੜੇ ਅੱਖਰ ਅਸੀਂ ਨਵੇਂ ਲੈਂਦੇ ਨੇ, ਕਿਹੜੇ ਅੱਖਰ ਪੁਰਾਣੇ ਸੀ ਸਾਡੇ ਕੋਲ। ਠੀਕ ਹੈ, ਜਿਹੜੇ ਵਰਨ ਨੇ ਜਾਂ ਅੱਖਰ ਨੇ ਉਹ ਕਿੰਨੀ ਕਿਸਮ ਦੇ ਹੁੰਦੇ ਹਨ। ਸਭ ਤੋਂ ਪਹਿਲਾਂ ਆਪਾਂ ਆਪਣੀ ਪਰਿਭਾਸ਼ਾ ਪੜ੍ਹੀਏ ਕਿ ਵਰਨ ਬੋਧ ਹੈ ਕੀ। ਵਰਨ ਬੋਧ ਹੈ ਕੀ? ਵਿਆਕਰਨ ਦਾ ਸਭ ਤੋਂ ਪਹਿਲਾਂ ਇਹ ਵੀ ਦੇਖ ਸਕਦੇ ਹਾਂ ਕਿ ਵਿਆਕਰਨ ਦਾ ਜਿਹੜਾ ਇਹ ਪਹਿਲਾ ਅੰਗ ਹੈ। ਵਰਨ ਬੋਧ ਵਿਆਕਰਨ ਦਾ ਪਹਿਲਾ ਅੰਗ ਹੈ। ਇਹਦੀ ਪਰਿਭਾਸ਼ਾ ਕੀ ਹੈ? ਇਹਦੀ ਪਰਿਭਾਸ਼ਾ ਕੀ? ਧੁਨੀਆਂ ਨੂੰ ਲਿਖਤੀ ਰੂਪ ਵਿੱਚ ਪ੍ਰਗਟ ਕਰਨ ਲਈ ਵਰਤੇ ਜਾਣ ਵਾਲੇ ਚਿੰਨ੍ਹਾਂ ਨੂੰ ਵਰਨ ਕਿਹਾ ਜਾਂਦਾ ਹੈ। ਧੁਨੀਆਂ ਨੂੰ ਲਿਖਤੀ ਰੂਪ ਵਿੱਚ ਪ੍ਰਗਟ ਕਰਨ ਲਈ ਵਰਤੇ ਜਾਣ ਵਾਲੇ ਚਿੰਨ੍ਹਾਂ ਨੂੰ ਵਰਨ ਕਿਹਾ ਜਾਂਦਾ ਹੈ। ਜਿਹੜੀ ਧੁਨੀਆਂ ਨੇ, ਧੁਨੀਆਂ ਕੀ ਹੁੰਦੀਆਂ? ਧੁਨੀ ਦਾ ਮਤਲਬ ਹੁੰਦਾ ਸਾਊਂਡ। ਧੁਨੀ ਦਾ ਮਤਲਬ ਕੀ ਹੈਗਾ? ਸਾਊਂਡ, ਆਵਾਜ਼। ਧੁਨੀ ਹੁੰਦੀ ਹੈ ਆਵਾਜ਼, ਸਾਊਂਡ। ਠੀਕ ਹੈ, ਜਿਹੜੀ ਮੂੰਹ ਦੇ ਵਿੱਚੋਂ ਸਾਡੇ ਵਿੱਚ ਜਿਹੜੀ ਮੂੰਹ ਦੇ ਵਿੱਚੋਂ ਮੁੱਖ ਦੇ ਵਿੱਚੋਂ ਜਿਹੜੀ ਵੀ ਆਵਾਜ਼ ਨਿਕਲਦੀ ਹੈ, ਜਿਹੜੀ ਸਾਊਂਡ ਨਿਕਲਦੀ ਹੈ, ਉਹਨੂੰ ਅਸੀਂ ਕੀ ਕਹਿੰਦੇ ਹਾਂ? ਧੁਨੀ ਕਹਿੰਦੇ ਹਾਂ, ਧੁਨੀ। ਠੀਕ ਹੈ, ਉਸ ਨੂੰ ਅਸੀਂ ਲਿਖਤੀ ਰੂਪ ਦੇ ਵਿੱਚ ਪ੍ਰਗਟ ਕਰਨਾ। ਜਿਹੜੀ ਸਾਡੇ ਮੂੰਹ ਦੇ ਵਿੱਚੋਂ ਆਵਾਜ਼ ਨਿਕਲਦੀ ਹੈ ਉਸਨੂੰ ਅਸੀਂ ਲਿਖਤੀ ਰੂਪ ਦੇਣਾ। ਲਿਖਤੀ ਰੂਪ ਅਸੀਂ ਕਿਵੇਂ ਦੇਵਾਂਗੇ? ਲਿਖਤੀ ਰੂਪ ਮੰਨ ਲਓ ਮੇਰੇ ਕੋਲ ਸਾਹਮਣੇ ਕੁਰਸੀ ਪਈ ਹੈ। ਠੀਕ ਹੈ, ਮੈਂ ਇਹ ਸ਼ਬਦ ਨੂੰ ਲਿਖਤੀ ਰੂਪ ਦੇਣਾ, ਤਾਂ ਲਿਖਤੀ ਰੂਪ ਦੇਣ ਵਾਸਤੇ ਸਾਨੂੰ ਜਿਹੜੇ ਚਿੰਨ੍ਹਾਂ ਦੀ ਲੋੜ ਪਊਗੀ ਉਹਨਾਂ ਨੂੰ ਅਸੀਂ ਵਰਨ ਕਰਾਂਗੇ। ਮੰਨ ਲਓ ਮੈਂ ਕੁਰਸੀ ਲਿਖਣਾ, ਤਿੰਨ ਸ਼ਬਦਾਂ ਦੀ ਲੋੜ ਪਊਗੀ ਮੈਨੂੰ, ਕ ਰ ਸ, ਇਹ ਕੀ ਨੇ? ਵਰਨ ਨੇ। ਫਿਰ ਸਾਨੂੰ ਮਾਤਰਾਵਾਂ ਦੀ ਲੋੜ ਪੈਂਦੀ ਹੈ, ਕੁ ਰ ਸੀ ਕੁਰਸੀ, ਕੁ ਰ ਸੀ ਕੁਰਸੀ। ਇਸ ਤਰ੍ਹਾਂ ਜਿਹੜੇ ਸ਼ਬਦ ਨੇ ਉਹ ਬਣਦੇ ਨੇ। ਆਪਾਂ ਅੱਜ ਸਿਰਫ ਸ਼ਬਦਾਂ ਬਾਰੇ ਹੀ ਆਪਾਂ ਅੱਜ ਗੱਲ ਕਰਨੀ ਹੈ ਵਰਨਾਂ ਬਾਰੇ। ਵਰਨ ਕੀ ਹੈ? ਵਰਨ ਦਾ ਮਤਲਬ ਹੈ ਕਿ ਧੁਨੀ ਨੂੰ ਲਿਖਤੀ ਰੂਪ ਵਿੱਚ ਪ੍ਰਗਟ ਕਰਨ ਲਈ ਜਿਨ੍ਹਾਂ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਹਨਾਂ ਨੂੰ ਵਰਨ ਕਿਹਾ ਜਾਂਦਾ ਹੈ। ਜਿਵੇਂ ਊੜਾ, ਸੱਸਾ, ਮੰਮਾ, ਕੱਕਾ, ਜਿੰਨੇ ਵੀ ਪੰਜਾਬੀ ਲਿਖਦੇ ਨੇ। ਹੁਣ ਪੰਜਾਬੀ ਭਾਸ਼ਾ 'ਚ ਕੁੱਲ ਵਰਨ ਕਿੰਨੇ ਨੇ? ਉਹਨਾਂ ਦੀ ਗਿਣਤੀ ਹੋ ਗਈ ਉੱਤਰ 41। ਪੰਜਾਬੀ ਭਾਸ਼ਾ ਦੇ ਵਿੱਚ ਕੁੱਲ ਵਰਨ ਕਿੰਨੇ ਨੇ? 41, 41 ਕੁੱਲ ਜਿਹੜੇ ਅੱਖਰ ਨੇ ਉਹ 41 ਹੋ ਗਏ। ਪਹਿਲਾਂ ਕਿੰਨੇ ਸੀ? ਪਹਿਲਾਂ ਸੀਗੇ 35। ਪਹਿਲਾਂ ਸੀ ਊੜੇ ਤੋਂ ਲੈ ਕੇ ਡਾੜੇ ਤੱਕ, ਊੜੇ ਤੋਂ ਲੈ ਕੇ ਡਾੜੇ ਤੱਕ ਕਿੰਨੇ ਸੀ? 35 ਸੀ। ਊੜੇ ਤੋਂ ਲੈ ਕੇ ਡਾੜੇ ਤੱਕ 35, ਇਸੋ ਤਾਂ ਹੀ ਇਸਨੂੰ 35 ਅੱਖਰੀ ਕਿਹਾ ਜਾਂਦਾ ਸੀ। ਕਈ ਵਾਰੀ ਜੇ ਅਸੀਂ ਕਿਸੇ ਨੂੰ ਪੁੱਛ ਲੈਂਦੇ ਸੀ, ਕਈ ਵਾਰੀ ਜੋ ਕਿਸੇ ਨੂੰ ਤੂੰ ਕਿੰਨੇ ਪੜ੍ਹਿਆਗਾ, ਤਾਂ ਅਗਲਾ ਕਹਿੰਦਾ ਸੀ ਮੈਂ 35 ਪੜ੍ਹਿਆ। 35 ਪੜ੍ਹਿਆ ਦਾ ਮਤਲਬ ਇਹ ਸੀ ਕਿ 35 ਕਲਾਸਾਂ ਪੜ੍ਹਿਆ। 35 ਪੜ੍ਹਿਆ ਦਾ ਮਤਲਬ ਉਹਨੂੰ ਇਹ ਵੀ ਸਿਰਫ ਉਸਨੂੰ ਊੜੇ ਆੜੇ ਦਾ ਗਿਆਨ ਸੀ, ਵਰਨ ਵਾਲਾ ਦਾ ਗਿਆਨ ਸੀ, ਵੀ ਮੈਂ ਸਿਰਫ 35 ਪੜ੍ਹਿਆ, ਮੈਂ ਕਹੋ ਮੈਨੂੰ ਵਰਨ ਵਾਲਾ ਦਾ ਗਿਆਨ। ਇਹ ਪਹਿਲਾਂ ਅੱਖਰ ਹੁੰਦੇ ਸੀ 35, ਨਵੇਂ ਅੱਖਰ ਅਸੀਂ ਕਿੰਨੇ ਲੈ ਲਏ? ਨਵੇਂ ਵਰਨ ਅਸੀਂ ਜਿਹੜੇ ਪੰਜਾਬੀ ਭਾਸ਼ਾ ਦੀ ਵਰਨ ਵਾਲਾ ਦੇ ਵਿੱਚ ਸ਼ਾਮਲ ਹੋਏ ਉਹ ਗਿਣਤੀ ਉਹਨਾਂ ਦੀ 6 ਹੈ। ਠੀਕ ਹੈ, ਤੇ ਕੁੱਲ ਮਿਲਾ ਕੇ ਹੁਣ ਅੱਖਰ ਬਣ ਗਏ ਸਾਡੇ ਕੋਲ 41।
ਜਿੱਥੇ ਪੰਜਾਬੀ ਵਰਣਮਾਲਾ ਦੇ ਮੁੱਲ ਅੱਖਰ ਹੋਗੇ ਇਕਦਮ ਜੇ ਚੋਣ ਪਰ ਇੱਕ ਵਾਰੀ ਲਿਖੀ ਵੀ ਆ ਵਰਣਮਾਲਾ ਇਹਦੇ ਬਾਰੇ ਜਾਣਕਾਰੀ ਸਭ ਤੋਂ ਪਹਿਲਾਂ ਵਰਣਾਂ ਦੀ ਪਰਿਭਾਸ਼ਾ ਹੁੰਦੀ ਹੈ ਠੀਕ ਹੈ ਫਿਰ ਆਪਾਂ ਚੱਲੇਗੇ ਵਰਣ ਮੁੱਲ ਕਿੰਨੇ ਨੇ ਪੰਜਾਬੀ ਭਾਸ਼ਾ 'ਚ 41 ਆਹ ਵਿੱਚ ਜਿਹੜੇ ਵਰਣ ਨੇ ਉਹ ਪੰਜਾਬੀ ਭਾਸ਼ਾ ਦੇ ਵਰਣ ਨੇ ਠੀਕ ਹੈ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਜਾਣਾਂਗੇ ਕਿ ਊੜੇ ਤੋਂ ਲੈ ਕੇ ਡਾੜੇ ਤੱਕ 35 ਹੋ ਗਏ ਸੀ ਆਹ 6 ਜਿਹੜੇ ਉਹ ਨਵੇਂ ਸ਼ਬਦ ਕੀਤੇ ਗਏ ਠੀਕ ਹੈ ਇਹਨਾਂ ਦੇ ਫਿਰ ਪ੍ਰਸ਼ਨ ਵੀ ਪੰਜਾਬੀ ਵਰਣਮਾਲਾ ਦੇ ਜਿਹੜੇ ਨੇ ਉਹ ਪੰਜਾਬੀ ਵਰਣਮਾਲਾ ਦੇ ਜਿਹੜੇ ਨੇ ਉਹ 8 ਵਰਗ ਨੇ ਪੰਜਾਬੀ ਵਰਣ ਨੇ ਜਿਹੜੇ ਪੰਜਾਬੀ ਵਰਣਮਾਲਾ ਦੇ ਜਿਹੜੇ ਵਰਣ ਨੇ ਉਹਨਾਂ ਨੂੰ ਕਿੰਨੇ ਵਰਗਾਂ ਦੇ ਵਿੱਚ ਵੰਡਿਆ ਜਾਂਦਾ ਹੈਗਾ 8 ਵਰਗਾਂ ਵਿੱਚ ਠੀਕ ਹੈ ਇਹ ਵੀ ਯਾਦ ਕਰਨਾ ਸਭ ਤੋਂ ਪਹਿਲਾਂ ਵਰਗ ਠੀਕ ਹੈ ਇਹਨੂੰ ਪਹਿਲਾ ਵਰਗ ਕਹਿਣਾ ਫਿਰ ਉਸ ਤੋਂ ਬਾਅਦ ਜਿਹੜੇ ਵਰਗਾਂ ਦੇ ਨਾਮ ਨੇ ਉਹ ਪਹਿਲੇ ਅੱਖਰ ਦੇ ਨਾਲ ਜਿਵੇਂ ਕ ਕ ਵਰਗ ਇਹਨੂੰ ਅਸੀਂ ਕਹਾਂਗੇ ਕ ਵਰਗ ਫਿਰ ਚੱਚੇ ਵਾਲਾ ਚੱਚੇ ਵਾਲੀ ਲੈਣ ਚ ਵਰਗ ਚੱਚੇ ਵਾਲੀ ਲੈਣ ਚ ਵਰਗ ਠੀਕ ਹੈ ਫਿਰ ਟੈਂਕੇ ਵਾਲੀ ਲੈਣ ਟ ਵਰਗ ਉਸ ਤੋਂ ਬਾਅਦ ਟ ਤੱਤੇ ਵਾਲੀ ਲੈਣ ਟ ਵਰਗ ਫਿਰ ਪੱਪੇ ਵਾਲੀ ਲੈਣ ਪ ਵਰਗ ਪ ਵਰਗ ਫਿਰ ਜਈਏ ਵਾਲੀ ਲੈਣ ਇਹਨੂੰ ਅਸੀਂ ਜ ਵਰਗ ਨਹੀਂ ਲਿਖਾਂਗੇ ਇਹਨੂੰ ਅਸੀਂ ਲਿਖਣਾ ਪੁੱਤ ਅੰਤਮ ਵਰਗ ਇਹਨੂੰ ਲਿਖਣਾ ਹੈ ਅੰਤਮ ਵਰਗ ਠੀਕ ਹੈ ਇਸ ਤਰ੍ਹਾਂ ਜਿਹੜੇ 8 ਵਰਗ ਲਿਖਣੇ ਨੇ ਹਜੇ ਇੱਕ ਅੱਖ ਨਹੀਂ ਹੋਏ 1 2 3 4 5 6 7 ਹੋਏ ਠੀਕ ਹੈ ਪਹਿਲਾਂ 7 ਸੀ ਹੁਣ ਅਸੀਂ ਇਹ ਅੰਤਮ ਵਰਗ ਜਿਹੜਾ ਉਹ ਉਹਨੂੰ ਲਿਖਾਂਗੇ ਨਵੀਨ ਵਰਗ ਨਵੀਨ ਵਰਗ ਨਵਾਂ ਵਰਗ ਜਿਹੜਾ ਨਵਾਂ ਬਣਿਆ ਉਹ ਇਹ ਵਰਗ ਹੈ ਠੀਕ ਹੈ ਇਹ ਜਿਹੜੇ 5 ਅੱਖਰ ਨੇ ਪਹਿਲਾਂ ਵਿਅਕਤੀ ਸੀ ਹੁਣ ਜਿਹੜੇ ਕਿੰਨੇ ਹੋ ਗਏ 41 ਜਿਹੜੇ ਆਹ 5 ਅੱਖਰ ਨੇ ਇਹ ਅਸੀਂ ਲਿਖਦੇ ਨੇ ਪੁੱਤਰ ਸੱਸੇ ਪੈਰ ਬਿੰਦੀ ਤੋਂ ਲੈ ਕੇ ਫੁੱਫੇ ਪੈਰ ਬਿੰਦੀ ਤੱਕ ਇਹ ਲਿਖਦੇ ਅਸੀਂ ਫਾਰਸੀ ਭਾਸ਼ਾ ਫਾਰਸੀ ਭਾਸ਼ਾ ਨੂੰ ਲਿਖਦੇ ਨੇ ਠੀਕ ਹੈ ਫਾਰਸੀ ਭਾਸ਼ਾ ਸਾਡੇ ਜਿਹੜੀ ਇਹ ਕਿਉਂ ਲੈਣ ਦੀ ਲੋੜ ਪਈ ਪੰਜਾਬੀ ਭਾਸ਼ਾ ਦੇ ਵਿੱਚ ਕੁਝ ਫਾਰਸੀ ਭਾਸ਼ਾ ਦੀਆਂ ਜਿਹੜੇ ਸ਼ਬਦ ਸੀ ਉਹ ਸਾਨੂੰ ਅਡੋਪਟ ਕਰਨੇ ਪਏ ਸਾਨੂੰ ਲੈਣੇ ਪਏ ਕਿਉਂਕਿ ਜਿਹੜਾ ਪੰਜਾਬ ਆ ਜੰਗਲਾਂ ਜੁੱਤਾਂ ਦਾ ਅਖਾੜਾ ਰਿਹਾ ਇੱਥੇ ਵੱਖ ਵੱਖ ਤਰ੍ਹਾਂ ਦੀਆਂ ਜਾਤਾਂ ਧਰਮਾਂ ਦੇ ਲੋਕ ਆਉਂਦੇ ਰਹੇ ਨੇ ਵੱਖ ਵੱਖ ਭਾਸ਼ਾਵਾਂ ਦੇ ਲੋਕ ਆਉਂਦੇ ਰਹੇ ਨੇ ਜਿਹੜੇ ਇੱਥੇ ਵੱਸ ਗਏ ਉਦੋਂ ਬਾਅਦ ਇੱਥੇ ਵੱਸ ਗਏ ਸੋ ਸਾਨੂੰ ਫਾਰਸੀ ਦੇ ਵਿੱਚ ਸ਼ਬਦਾਂ ਨੂੰ ਬੋਲਣ ਦੇ ਲਈ ਦਿੱਕਤ ਆਉਂਦੀ ਸੀ ਇਸ ਕਰਕੇ ਅਸੀਂ ਫਾਰਸੀ ਤੋਂ ਜਿਹੜੀਆਂ ਨੇ ਸਾਡੇ ਜਿਹੜੇ 5 ਅੱਖਰ ਲੈ ਕੇ ਉਹਨਾਂ ਦੇ ਪੈਰ 'ਚ ਬਿੰਦੀ ਪਾ ਕੇ ਜਿਹੜੇ ਨਵੇਂ ਸ਼ਬਦ ਬਣਾਏ ਠੀਕ ਹੈ ਉਹ ਅਸੀਂ ਲੈਂਦੇ ਨੇ ਫਾਰਸੀ ਤੋਂ 5 ਸੱਸੇ ਪੈਰ ਬਿੰਦੀ ਖੱਟੇ ਪੈਰ ਬਿੰਦੀ ਗੱਗੇ ਪੈਰ ਬਿੰਦੀ ਜੱਜੇ ਪੈਰ ਬਿੰਦੀ ਤੇ ਫੱਫੇ ਪੈਰ ਬਿੰਦੀ ਲੱਲੇ ਪੈਰ ਬਿੰਦੀ ਬਾਅਦ 'ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਬੋਲਿਆ ਲੱਲੇ ਪੈਰ ਬਿੰਦੀ ਜਿਹੜਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਬੋਲਿਆ ਹੁਣ ਆਪਾਂ ਇਸ ਤੋਂ ਬਾਅਦ ਪਤਾ ਹੀ ਸੀ ਵਰਗ ਵਰਣਮਾਲਾ ਦੇ ਜਿਹੜੇ ਕਿੰਨੇ ਵਰਗ ਨੇ 8 ਵਰਗ ਨੇ ਪਹਿਲਾ ਵਰਗ ਕ ਵਰਗ ਚ ਵਰਗ ਟ ਵਰਗ ਪ ਵਰਗ ਪ ਵਰਗ ਅੰਤ ਵਰਗ ਤੇ ਨਵੀਨ ਵਰਗ ਹੁਣ ਆਪਾਂ ਕਰਾਂਗੇ ਵਰਣਾਂ ਦੀਆਂ ਕਿਸਮਾਂ ਕਿੰਨੀਆਂ ਨੇ ਠੀਕ ਹੈ ਹੁਣ ਅਸੀਂ ਪੜਾਂਗੇ ਉਹ ਤੋਂ ਵਰਣਾਂ ਦੀਆਂ ਕਿਸਮਾਂ ਕਿੰਨੀਆਂ ਹਨ ਸੋ ਬੱਚੇ ਦੱਸਿਆ ਤੁਹਾਨੂੰ ਕਿ ਵਰਣਾਂ ਦੀਆਂ ਕਿਸਮਾਂ ਠੀਕ ਹੈ ਵਰਣ ਨੇ ਜਿਹੜੇ ਉਤੋਂ 2 ਪ੍ਰਕਾਰ ਦੇ ਹੁੰਦੇ ਵਰਣ ਕਿੰਨੇ ਪ੍ਰਕਾਰ ਦੇ ਹੁੰਦੇ ਨੇ 2 ਪ੍ਰਕਾਰ ਦੇ ਸਭ ਤੋਂ ਪਹਿਲਾ ਜਿਹੜੀ ਕਿਸਮਾਂ ਨੇ ਉਹ ਹੈ ਸਵਰ ਠੀਕ ਹੈ ਸਵਰ ਵਰਣ ਫਿਰ ਵਿਅੰਜਨ ਠੀਕ ਹੈ ਸਵਰ ਤੇ ਵਿਅੰਜਨ ਵਰਣ 2 ਪ੍ਰਕਾਰ ਦੇ ਨੇ ਸਵਰ ਅਤੇ ਵਿਅੰਜਨ ਹੁਣ ਅਸੀਂ ਪੰਜਾਬੀ ਵਰਣਮਾਲਾ ਦੇ ਵਿੱਚ ਜਿਹੜੇ ਸਾਡੇ ਪੰਜਾਬੀ ਵਰਣਮਾਲਾ ਦੀ ਉਰਾਲ ਹੈ ਉਹਦੇ ਵਿੱਚ ਸਵਰ ਅੱਖਰ ਕਿਹੜੇ ਨੇ ਤੇ ਵਿਅੰਜਨ ਕਿਹੜੇ ਨੇ ਇਹਦੇ ਬਾਰੇ ਅੱਜ ਜਾਣਾਂਗੇ ਇਸ ਦੀ ਪਰਿਭਾਸ਼ਾ ਜਿਹੜੀ ਉਹ ਵਿਅੰਜਨ ਦੀ ਤੇ ਸਵਰ ਦੀ ਉਸ ਅਗਲੀ ਵੀਡੀਓ ਵਿੱਚ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਵਰਣਮਾਲਾ ਪੰਜਾਬੀ ਦੀ ਉਹਦੇ ਵਿੱਚ ਕਿਹੜੇ ਕਿਹੜੇ ਅੱਖਰ ਨੇ ਉਹ ਸਵਰ ਨੇ ਤੇ ਵਿਅੰਜਨ ਨੇ ਕੂੜਾ ਆੜਾ ਕੀੜੀ ਪੰਜਾਬੀ ਦੇ ਵਿੱਚ 3 ਅੱਖਰ ਕੂੜਾ ਆੜਾ ਕੀੜੀ 3 ਅੱਖਰ ਨੇ ਜਿਹੜੇ ਕੂੜਾ ਆੜਾ ਕੀੜੀ ਜਿਹੜੇ ਇਹ ਵਰਣ ਨੇ ਇਹ ਸਵਰ ਦੀ ਕਿਸਮ ਚ ਸਵਰ ਇਹਨਾਂ ਨੂੰ ਕਿਹਾ ਜਾਂਦਾ ਸਵਰ ਫਿਰ ਸੱਸੇ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ ਸੱਸੇ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ ਸੋ 3 ਕੀ ਹੋ ਗਏ 3 ਸਾਡੇ ਕੀ ਹੋ ਗਏ ਸਵਰ ਕਿੰਨੇ ਹੋ ਗਏ 3 ਠੀਕ ਹੈ ਵਿਅੰਜਨ ਕਿੰਨੇ ਹੋ ਗਏ 38 ਵਿਅੰਜਨ ਕਿੰਨੇ ਹੋ ਗਏ 38 ਸਵਰ ਕਿੰਨੇ ਨੇ 3 ਵਿਅੰਜਨ ਕਿੰਨੇ ਨੇ 38 ਠੀਕ ਹੈ ਸੋ ਇਹਨਾਂ ਕੀ ਜਿਹੜਾ ਅੱਜ ਆਪਾਂ ਪੜਾਂਗੇ ਪੁੱਤਰ ਕਿ ਜਿਹੜੀ ਪੰਜਾਬੀ ਵਰਣਮਾਲਾ ਉਹਦੇ ਵਿੱਚ ਸਵਰ ਕਿਹੜੇ ਕਿਹੜੇ ਨੇ ਤੇ ਵਿਅੰਜਨ ਕਿਹੜੇ ਨੇ ਉਹਦੇ ਇਹ ਕੂੜਾ ਆੜਾ ਏੜੀ ਇਹ 3 ਸਵਰ ਨੇ ਠੀਕ ਹੈ ਇਸੇ ਤਰੀ ਸਵਰ ਧੁਨੀਆਂ ਬਣਦੀਆਂ ਨੇ ਅੱਗੇ ਇਹਦੇ ਜਿਹੜਾ ਧੁਨੀਆਂ ਵਾਲੇ ਵੀ ਭਾਗ ਪੜਾਂਗੇ ਤੇ ਇਸ ਤੋਂ ਬਾਅਦ ਸੱਸੇ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ ਨੇ ਜਿਹੜੇ ਉਹ ਵਿਅੰਜਨ ਨੇ ਕੁੱਲ ਵਿਅੰਜਨ ਹੋ ਗਏ 30 ਠੀਕ ਹੈ ਸੋ ਕੁੱਲ ਅੱਖਰ ਕਿੰਨੇ ਹੋ ਗਏ 41 ਇਸ ਤਰ੍ਹਾਂ ਉਹ ਜਿਹੜੇ ਨੇ ਵਰਣਾਂ ਦੀ ਜਿਹੜੀਆਂ ਕਿਸਮਾਂ ਨੇ ਉਹ ਬਣਨੀਆਂ ਠੀਕ ਹੈ ਸਭ ਤੋਂ ਪਹਿਲੀ ਕਿਸਮ ਹੈ ਸਵਰ ਤੇ ਦੂਜੀ ਕਿਸਮ ਹੈ ਜਿਹੜੀ ਉਹ ਵਿਅੰਜਨ ਸਵਰ ਤੇ ਵਿਅੰਜਨ ਬਾਰੇ ਜਿਹੜਾ ਅਸੀਂ ਅਗਲੀ ਵੀਡੀਓ ਵਿੱਚ ਵਿਸਥਾਰ ਸਹਿਤ ਪੜਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ।